ਖਬਰ ਆ ਰਹੀ ਹੈ ਬਟਾਲਾ ਤੋਂ। ਬਟਾਲਾ ਇਲਾਕਾ ਵਿੱਚ ਕ੍ਰਾਈਮ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਬਟਾਲਾ ਦੇ ਨਜ਼ਦੀਕੀ ਪਿੰਡ ਹਰਪੂਰਾ ਦੀ ਹੈ, ਜਿੱਥੇ ਸਵੇਰ ਦੇ ਸਮੇਂ ਪਿੰਡ ਦੀ ਮੌਜੂਦ ਸਰਪੰਚ ਸੁਖਜਿੰਦਰ ਕੌਰ ਦੇ ਇਕਲੌਤੇ ਬੇਟੇ ਜਸਬੀਰ ਸਿੰਘ, ਜਿਸ ਦੀ ਉਮਰ 35 ਸਾਲ ਸੀ, ਖੇਤਾਂ ਵਿੱਚ ਜਾਂਦੇ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ, ਜਿਸ ਦੇ ਚੱਲਦੇ ਜੇਲ੍ਹ ਤੋਂ ਜ਼ਮਾਨਤ 'ਤੇ ਆਏ ਪਿੰਡ ਦੇ ਹੀ ਰਾਜਾ ਨਾਮਕ ਇੱਕ ਵਿਅਕਤੀ ਨੇ ਰੰਜਿਸ਼ ਦੇ ਚੱਲਦੇ ਜਸਬੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀ। ਜਸਬੀਰ ਸਿੰਘ ਨੂੰ 5 ਤੋਂ 6 ਗੋਲੀਆਂ ਲੱਗਣ ਦੇ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ 'ਤੇ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਸਿਵਲ ਹਸਪਤਾਲ ਵਿੱਚ ਪੀੜਿਤ ਪਰਿਵਾਰਕ ਸਦੱਸਿਆਂ ਨੂੰ ਮਿਲਣ ਪਹੁੰਚੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਇਸ ਮਾਮਲੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਨਾ ਹੀ ਮ੍ਰਿਤਕ ਦੇ ਪਰਿਵਾਰ ਸਦੱਸਿਆਂ ਨੇ ਇਸ ਮਾਮਲੇ 'ਤੇ ਬੋਲਣ ਨੂੰ ਤਿਆਰ ਹੋਏ। ਬਟਾਲਾ ਤੋਂ ਅਵਤਾਰ ਸਿੰਘ ਦੀ ਰਿਪੋਰਟ। ਪਿੰਡ ਦਾ ਉਹ ਅੱਜ ਸਵੇਰੇ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਉਹਨੂੰ ਮੁੰਡਾ ਰਾਜਾ ਆ, ਮੁਖਤਿਆਰ ਸਿੰਘ ਦਾ ਮੁੰਡਾ ਆ, ਉਸੇ ਪਿੰਡ ਦਾ ਹੀ ਰਹਿਣ ਵਾਲਾ, ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ। ਇਹਦੇ ਤਕਰੀਬਨ 5-6 ਗੋਲੀਆਂ ਲੱਗੀਆਂ ਅਤੇ ਜਿਹਨੂੰ ਕਿ ਇੱਥੇ ਹੋਸਪਿਟਲ ਲਿਆਂਦਾ ਗਿਆ ਅਤੇ ਇੱਥੇ ਆਣ ਕੇ ਉਹ ਮ੍ਰਿਤ ਘੋਸ਼ਿਤ ਕੀਤਾ ਗਿਆ। ਸੁਰਾਂ 'ਚ ਆ ਰਹੇ ਨੇ ਜਿਹੜੇ ਮੁੰਡੇ ਨੇ ਮਾਰੀਆਂ ਗੋਲੀਆਂ, ਉਹਦੇ 'ਤੇ ਵੀ 25 ਦਰਜ ਹੈਗੇ ਨੇ। ਹਾਂ, ਪਤਾ ਲੱਗਿਆ ਵੀ ਉਹ ਜ਼ਮਾਨਤ 'ਤੇ ਆ, ਬੇਲ 'ਤੇ ਹੈਗਾ, ਬੇਲ ਦੇ ਉੱਤੇ ਹੈਗਾ ਉਹ। ਅਸੀਂ ਦੇਖ ਰਹੇ ਹਾਂ ਹੁਣੇ ਬਿਆਨ, ਉਹਨੇ ਦੀ ਮਦਰ ਦਾ ਬਿਆਨ ਲਿਖਣਾ, ਬਿਆਨ ਲਿਖ ਕੇ ਇਹਨਾਂ 'ਤੇ ਕੇਸ ਰਜਿਸਟਰ ਕਰਕੇ ਅਤੇ ਜਲਦੀ ਤੋਂ ਜਲਦੀ ਉਹਨੂੰ ਫੜਿਆ ਵੀ ਜਾਵੇਗਾ ਅਤੇ ਨਾਲੇ ਉਹਦੀ ਸਾਰੀ ਬੈਕਗਰਾਊਂਡ ਦਾ ਵੀ ਸਾਰਾ ਉਸ ਦੇ ਵਿੱਚ ਪਤਾ ਕੀਤਾ ਜਾਵੇਗਾ।